ਸਾਦ ਕੋਈ ਕਹੇ ਇਹ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਹੈ ਇਹ ਗ੍ਰੰਥ ਸਾਹਿਬ ਦੇ ਵਿੱਚੋਂ ਨਹੀਂ ਇਹ ਰੋਹਾਨੀਅਤ ਨਹੀਂ ਇਹ ਗੁਰੂ ਨਾਨਕ ਸਾਹਿਬ ਦੀ اخਲਾਕੀ تعلیم ਹੈ ਜਿਸ ਤਰ੍ਹਾਂ ਜ਼ਮੀਨ ਦੇ ਅੰਦਰ ਆਪਾਂ ਫਸਲ ਬੀਜਣ ਤੋਂ ਪਹਿਲਾਂ ਐਗਰੀਕਲਚਰ ਵਾਲਿਆਂ ਤੋਂ ਕਿਸ ਤਰ੍ਹਾਂ ਉਸ ਦੀ ਮਿੱਟੀ ਟੈਸਟ ਕਰਾਉਂਦੇ ਆ ਕਿਹੜੀ ਫਸਲ ਬੀਜਣੀ ਚਾਹੀਦੀ ਹੈ ਫਿਰ ਉਸ ਦੇ ਅੰਦਰ ਉਸੇ ਕਿਸਮ ਦੀ ਆਪਾਂ ਖਾਦ ਡਾਲਦੇ ਆ ਆਪਾਂ ਨੂੰ ਇਹ ਪਤਾ ਹੈ ਅਗਰ ਅਸੀਂ ਠੀਕ ਤਰ੍ਹਾਂ ਇਸ ਨੂੰ ਤਿਆਰ ਨਾ ਕਰਾਂਗੇ ਜੋ ਵੀ ਅਸੀਂ ਫਸਲ ਬੀਜਾਂਗੇ ਉਹ ਪੱਕ ਕੇ ਸਾਡੇ ਘਰੇ ਨਹੀਂ ਆਏਗੀ। ਅਗਰ ਅਸੀਂ ਨਾਮ ਸ਼ਬਦ ਨੂੰ ਅਗਾਉਣਾ ਹੈ ਕਿਉਂਕਿ ਸੰਤਾ ਨੇ ਬੀਜ ਡਾਲ ਦਿੱਤਾ ਹੈ। ਜ਼ਮੀਨ ਦੀ ਤਿਆਰੀ ਬੜੀ ਜ਼ਰੂਰੀ ਹੈ। ਜੋ ਅਸੀਂ ਰੋਜ਼ ਸੰਕਰ ਰਹੇ ਹਾਂ, ਰੋਜ਼ ਰੋਜ਼ ਅਭਿਆਸ ਕਰ ਰਹੇ ਹਾਂ, ਇਹ ਅਸੀਂ ਇੱਕ ਜ਼ਮੀਨ ਦੀ ਤਿਆਰੀ ਕਰ ਰਹੇ ਹਾਂ। ਇਸੇ ਤਰ੍ਹਾਂ ਜ਼ਮੀਨ ਤਿਆਰੀ ਕਰਕੇ ਬੀਜ ਪਾ ਕੇ ਸਾਡੀ ਕੋਈ ਡਿਊਟੀ ਖਤਮ ਨਹੀਂ ਹੋ ਜਾਂਦੀ। ਫਿਰ ਅਸੀਂ ਉਹਨਾਂ ਕੀੜੇ ਮਕੌੜਿਆਂ ਦਾ ਵੀ ਧਿਆਨ ਰੱਖਣਾ ਹੈ ਕਿ ਜਿਹੜੇ ਉਸ ਖੇਤੀ ਬੀਜੀ ਨੂੰ ਸਾਡੀ ਮਿਹਨਤ ਨੂੰ ਫਜ਼ੂਲ ਖਰਾਬ ਕਰ ਦਿੰਦੇ ਹੈ ਸੰਤ ਸਾਨੂੰ ਦੱਸਦੇ ਹੈ ਇਹ ਸਰੀਰ ਜਿਹੜਾ ਹੈ ਇਹ ਧਰਤੀ ਹੈ ਬੀਜ ਨਾਮ ਹੈ ਔਰ ਜਿਹੜੇ ਇਸ ਖੇਤੀ ਨੂੰ ਖਾ ਰਹੇ ਹੈ ਉਹ ਕਾਮ ਹੈ ਕਰੋਧ ਹੈ ਲੋਭ ਹੈ ਮੋਹ ਹੈ ਹੰਕਾਰ ਹੈ ਜਿਨ੍ਹਾਂ ਦੇ ਵਿੱਚੋਂ ਕਾਮ ਬੜੀ ਜ਼ਬਰਦਸਤ ਤਾਕਤ ਹੈ ਕਿ ਜਿਹੜੀ ਇਹ ਇਸ ਨੂੰ ਬੜੀ ਜਲਦੀ ਇਸ ਖੇਤੀ ਨੂੰ ਖਾ ਜਾਂਦਾ ਹੈ ਡਾਕਟਰ ਸਾਨੂੰ ਕਹਿੰਦੇ ਹੈ ਕਿ ਅਗਰ 100 ਕਤਰਾ ਸੀ ਖਾਕ ਦਾ ਖਾਈਏ ਤਾਂ ਇੱਕ ਕਤਰਾ ਬੀਜ ਦਾ ਇੱਕ ਕਤਰਾ ਖੂਨ ਦਾ ਬਣਦਾ ਹੈ ਅਗਰ 100 ਕਤਰਾ ਖੂਨ ਦਾ ਹੋਵੇ ਤੇ ਇੱਕ ਕਤਰਾ ਬੀਜਦਾ ਬਣਦਾ ਹੈ ਅਗਰ 100 ਕਤਰਾ ਬੀਜਦਾ ਹੋਵੇ ਤੇ ਇੱਕ ਮਹਾਬੀਜਦਾ ਬਣਦਾ ਹੈ ਜੋ ਸਾਡੇ ਦਿਮਾਗ ਦੇ ਵਿੱਚ ਹੈ ਜਿਸ ਨੂੰ ਉਜਸ ਵੀ ਕਹਿੰਦੇ ਹੈ ਉਹਨਾਂ ਸਾਡੇ ਅੰਦਰ ਬੀਜ ਬਣਦਾ ਨਹੀਂ ਜਿਤਨਾ ਅਸੀਂ ਨਿਕਾਲ ਰਹੇ ਹਾਂ ਸਾਨੂੰ ਪਤਾ ਹੈ ਅਗਰ ਅਸੀਂ ਡਾਕਟਰ ਤੋਂ ਦਵਾਈ ਲਿਆ ਕੇ ਉਸ ਨੂੰ ਖਾਈਏ ਨਾ ਜਾਂ ਜੋ ਡਾਕਟਰ ਨੇ ਸਾਨੂੰ ਪ੍ਰੇਜ ਦੱਸੇ ਹੈ ਉਹ ਨਾ ਕਰੀਏ ਤੋਂ ਡਾਕਟਰ ਨੂੰ ਦੋਸ਼ ਦਿਈਏ ਆਪਾਂ ਨੂੰ ਪਤਾ ਹੀ ਹੈ ਕਿ ਮਰੀਜ਼ ਬਿਸਤਰੇ 'ਚ ਔਰ ਡਾਕਟਰ ਨੂੰ ਅਸੀਂ ਕਿਸ ਤਰ੍ਹਾਂ ਕਾਮਯਾਬ ਹੋ ਸਕਦੇ ਹਾਂ ਸਾਨੂੰ ਚਾਹੀਦਾ ਹੈ ਕਿ ਡਾਕਟਰ ਦੇ ਕਹਿਣ ਦੇ ਮਤਾਬਕ ਅਸੀਂ ਪ੍ਰੇਜ ਰੱਖੀਏ ਸੰਤਾਂ ਦੀ ਸਿੱਖਿਆ ਕੱਲੇ ਔਰਤਾਂ ਨੂੰ ਨਹੀਂ ਜਾਂ ਮਰਦਾਂ ਨੂੰ ਨਹੀਂ ਸਭ ਨੂੰ ਸਾਂਝੀ ਸਿੱਖਿਆ ਹੁੰਦੀ ਹੈ ਕਿਉਂਕਿ ਇਸ ਅਪਰਾਧ ਦੇ ਅੰਦਰ ਦੋਨੇ ਇੱਕੋ ਜਿਹੇ ਹੁੰਦੇ ਕਬੀਰ ਸਾਹਿਬ ਕਹਿੰਦੇ ਆ ਨਾਰ ਪੁਰਖ ਸਭ ਹੀ ਸੁਣੋ ਸਤਿਗੁਰ ਜੀ ਕੀ ਸਿੱਖ ਵਿਖ ਫਲ ਫਲੇ ਅਨੇਕ ਹੈ ਮਤ ਕੋਈ ਦੇਖੇ ਚਾਕ ਔਲਾਦ ਵਾਸਤੇ ਔਰਤ ਮਰਦ ਦਾ ਸੰਯੋਗ ਮਹਾਤਮਾ ਨਜਾਇਜ਼ ਨਹੀਂ ਕਹਿੰਦੇਗੇ ਇੱਕ ਹੈ ਨਾਰੀ ਸਦਾ ਜਤੀ ਮਹਾਤਮਾ ਸਾਨੂੰ ਸਮਝਾਉਂਦੇ ਆ ਕਿ ਅਗਰ ਔਲਾਦ ਵਾਸਤੇ ਅਸੀਂ ਔਲਾਦ ਪੈਦਾ ਕਰਨੀ ਹੈ ਜਦ ਮੈਥਲੀ ਧਰਮ ਆਏ ਨੂੰ 4 ਦਿਨ ਹੋਵੇ ਹੋ ਜਾਣ ਤੋਂ ਇਨਸਾਨ ਪਵਿੱਤਰ ਖਿਆਲ ਰੱਖ ਕੇ ਅਗਰ ਔਰਤ ਦੇ ਪਾਸ ਜਾਂਦਾ ਹੈ ਜਾਂ ਔਰਤ ਮਰਦ ਦੇ ਪਾਸ ਜਾਂਦੀ ਹੈ ਤਾਂ ਕਿ ਐਸਾ ਪਵਿੱਤਰ ਖਿਆਲ ਹੋਵੇ ਕਿ ਸਾਡੇ ਘਰ ਜਿਹੜੀ ਔਲਾਦ ਹੈ ਉਹ ਨੇਕ ਹੋਵੇ ਤੋ ਇੱਕ ਵਾਰੀ ਜਾਣ ਦੇ ਨਾਲ ਔਲਾਦ ਪੈਦਾ ਹੋ ਜਾਏਗੀ ਉਸ ਤੋਂ ਬਾਅਦ ਤਿੰਨ ਜਾਂ ਚਾਰ ਸਾਲ ਵਾਸਤੇ ਮਰਦ ਨੂੰ ਛੁੱਟੀ ਕਰ ਦੇਣੀ ਚਾਹੀਦੀ ਹੈ ਅਗਰ ਬੱਚਾ ਪੇਟ ਦੇ ਵਿੱਚ ਹੈ ਔਰਤ ਮਰਦ ਦੁਨੀਆਦਾਰੀ ਕਰਦੇ ਹੈ ਤਾਂ ਉਹ ਜਿਹੜਾ ਦੁੱਧ ਹੈ ਉਹ ਸਾਨੂੰ ਪਤਾ ਹੀ ਹੈ ਕਿ ਗਊਆਂ ਆਜਾਦ ਨਵੇਂ ਦੁੱਧ ਹੋ ਜਾਂਦੀਆਂ ਹੈ ਉਹਨਾਂ ਦਾ ਦੁੱਧ ਖਾਰਾ ਹੋ ਜਾਂਦਾ ਹੈ ਇਸੇ ਤਰ੍ਹਾਂ ਔਰਤ ਦਾ ਦੁੱਧ ਵੀ ਖਾਰਾ ਹੋ ਜਾਂਦਾ ਹੈ ਔਰ ਜਿਹੜਾ ਬੱਚਾ ਉਹਨਾਂ ਦਿਨਾਂ ਦੇ ਵਿੱਚ ਠਹਿਰ ਜਾਵੇ ਪੇਟ ਦੇ ਅੰਦਰ ਕੋਈ ਅਗਰ ਲੜਕੀ ਹੈ ਤਾਂ ਉਹ ਬਦਮਾਸ਼ ਹੋਏਗੀ ਅਗਰ ਲੜਕਾ ਹੈ ਤਾਂ ਉਹ ਵੀ ਬਦਚੱਲਣ ਹੋਏਗਾ ਪਸ਼ੂ ਔਰ ਪੰਛੀ ਇਹ ਵੀ ਅਨਸ਼ਾਸਨ ਦੇ ਵਿੱਚ ਰਹਿੰਦੇ ਹੈ ਜਦ ਗੱਬਣਾ ਹੋ ਜਾਣ ਨਾ ਪਸ਼ੂ ਨੇੜੇ ਜਾਂਦਾ ਹੈ ਨਾ ਪੰਛੀ ਜਾਂਦਾ ਹੈ ਇਨਸਾਨਾਂ ਦੀ ਹਾਲਤ ਤੁਸੀਂ ਦੇਖ ਹੀ ਰਹੇ ਹੋ ਕੀ ਕਰ ਰਹੇ ਹੈ ਕਬੀਰ ਸਾਹਿਬ ਕਹਿੰਦੇ ਆ ਕਾਮੀ ਕੁੱਤਾ 30 ਦਿਨ ਅੰਤਰ ਹੋਏ ਅਦਾਸ ਕਾਮੀ ਨਰ ਕੁੱਤਾ ਸਦਾ ਛੇਰ ਤੇ 12 ਮਾਸ ਮਹਾਤਮਾ ਸਾਨੂੰ ਬੜੇ ਪਿਆਰ ਨਾਲ ਸਮਝਾਉਂਦੇ ਆ ਕਿ ਸਾਨੂੰ ਇਸ ਬੁਰੀ ਆਦਤ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਕਾਮੀ ਆਦਮੀ ਕਿਸੇ ਥਾਂ ਵੀ ਸ਼ੋਭਾ ਨਹੀਂ ਪਾਉਂਦਾਗਾ ਜਦ ਮੈਂ ਕਾਮੀਆਂ ਦੀਆਂ ਕਹਾਣੀਆਂ ਸੁਣਦਾ ਹਾਂ ਜਾਂ ਉਹਨਾਂ ਦੇ ਮੱਥੇ ਕੰਨੀ ਦੇਖਦਾ ਹਾਂ ਤਾਂ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਵਿਚਾਰਿਆਂ ਨੇ ਆਪਣਾ ਜੀਵਨ ਬਰਬਾਦ ਕੀਤਾ ਹੋਇਆ ਹੈ ਇੱਕ ਪਾਸੇ ਅਸੀਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਆ ਦੂਜੇ ਪਾਸੇ ਅਸੀਂ ਵਿਸ਼ੇ ਵਕਾਰਾਂ ਦਾ ਰਸ ਜਿਹੜਾ ਹੈ ਉਹ ਛੱਡਣਾ ਨਹੀਂ ਚਾਹੁੰਦੇਗੇ ਕਿਉਂਕਿ ਜਿਹੜੀ ਸਾਡੀ ਵਿਚਾਰ ਸ਼ਕਤੀ ਹੈ ਬਿਲ ਪਾਵਰ ਹੈ ਉਹ ਇਹਦੇ ਘਰਉਣ ਦੇ ਨਾਲ ਉਹ ਕਮਜ਼ੋਰ ਹੋ ਜਾਂਦੀ ਹੈ ਅਸੀਂ ਇੱਕ ਚੌਂਕੜੀ ਤੇ 2-3 ਘੰਟੇ ਬੈਠਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਇੱਕ ਘੰਟੇ ਦੇ ਵਿੱਚ ਵੀ ਅਸੀਂ ਕਈ-ਕਈ ਵਾਰ ਕਦੇ ਗੋਡਾ ਤਾਂ ਕਰਦੇ ਆ ਕਦੇ ਗਿੱਟਾ ਤਾਂ ਕਰਦੇ ਆ ਕਦੇ ਅਸੀਂ ਅੱਗੇ ਨੂੰ ਡਿਗਦੇ ਆ ਕਦੇ ਪਿੱਛੇ ਨੂੰ ਡਿਗਦੇ ਹਾਂ ਔਰ ਖਿਆਲ ਤਾਂ ਸਾਡਾ ਇਤਨਾ ਕਮਜ਼ੋਰ ਹੋ ਚੁੱਕਿਆ ਹੈ ਇੱਕ ਘੰਟੇ ਦੇ ਵਿੱਚ ਦੀ ਪਤਾ ਨਹੀਂ ਕਿੱਥੇ-ਕਿੱਥੇ ਫਿਰਦਾ ਹੈ ਚੰਗਾ ਤਾਂ ਇਹ ਸੀ ਕਿ ਅਸੀਂ 25 ਸਾਲ ਤੱਕ ਸਖਤੀ ਨਾਲ ਬਰਮਚਾਰੀ ਦਾ ਪਾਲਣ ਕੀਤਾ ਹੁੰਦਾ ਉਸ ਤੋਂ ਬਾਅਦ ਅਸੀਂ ਜ਼ਿੰਦਗੀ ਦੇ ਅੰਦਰ 2 ਜਾਂ 3 ਬੱਚੇ ਪੈਦਾ ਕੀਤੇ ਹੁੰਦੇ ਲੇਕਿਨ ਅੱਜ ਕੀ ਹੈ ਜਿਹੜੀਆਂ ਕਮਜ਼ੋਰ ਔਲਾਦ ਜੰਮਦੇ ਮਗਰੋਂ ਪਹਿਲਾਂ ਅਸੀਂ ਡਾਕਟਰਾਂ ਦੀਆਂ ਫੀਸਾਂ ਭਰਦੇ ਹਾਂ ਤੇ ਮਾਤਾ ਪਿਤਾ ਦੀ ਦੇ اخلاق ਦੇ ਵਿੱਚ ਫਰਕ ਹੁੰਦਾ ਹੈ ਮੇਰੇ ਪਾਸ ਇੱਕ ਔਰਤ ਮਰਦ ਦਾ ਜੋੜਾ ਆਇਆ ਜਿਨ੍ਹਾਂ ਦੇ ਨੌ ਲੜਕੀਆਂ ਪੈਦਾ ਹੋਈਆਂ ਸੀਗੀਆਂ ਉਹ ਮਗਰ ਕਹਿਣ ਲੱਗਾ ਕਿ ਮੈਂ ਇਹਨਾਂ ਦੀ ਦੇਖਭਾਲ ਨਹੀਂ ਕਰ ਸਕਦਾ ਮੈਂ ਹੁਣ ਤੋਬਾ ਕਰਦਾ ਹਾਂ ਮੈਂ ਕਹਾਂ ਤੂੰ ਘਰ ਵਾਲੀ ਨੂੰ ਤਾਂ ਸੱਦ ਜਦ ਉਸ ਨੂੰ ਸੱਦਿਆ ਉਹ ਕਹਿੰਦੀ ਨਹੀਂ ਜੀ ਲੜਕਾ ਤਾਂ ਜਰੂਰ ਹੋਣਾ ਚਾਹੀਦਾ ਹੈ ਹੁਣ ਤੁਸੀਂ ਖੁਦ ਸੋਚ ਕੇ ਦੇਖ ਲਓ ਮੈਂ ਉਹਨਾਂ ਨੂੰ ਕੀ ਕਹਿੰਦਾ ਪਿਛਲੇ ਜਵਾਨਿਆਂ ਦੇ ਅੰਦਰ ਰਿਖੀ ਮੁਨੀ ਅਭਿਆਸ ਕਰਦੇ ਸਨ ਆਪਣੇ ਆਪ ਹੀ ਸੰਤਾਨ ਸੰਜਮ ਹੁੰਦਾ ਸੀ ਕਿਉਂਕਿ ਔਲਾਦ ਦੇ ਵਾਸਤੇ ਉਹ ਕੋਲੇ ਜਾਂਦੇ ਸੀ ਲੇਕਿਨ ਅੱਜ ਦੇ ਵਕਤ ਕੀ ਹੈ ਕਿ ਅਸੀਂ ਸੰਤਾਨ ਸੰਜਮ ਕਰਾ ਕੇ ਕੀ ਕਰਦੇ ਆ ਬਸ ਫਿਰ ਨਾ ਟੜਕ ਹੋ ਜਾਣੇ ਵੀ ਹੁਣ ਔਲਾਦ ਤਾਂ ਹੁੰਦੀ ਨਹੀਂ ਪੈਦਾ ਜੋ ਮਰਜੀ ਅਸੀਂ ਭੋਗ ਪੋਗੀਏ ਲੇਕਿਨ ਸ਼ਰੀਰ ਕਨੀ ਦਾ ਕਦੇ ਖਿਆਲ ਨਹੀਂ ਕੀਤਾ ਕਿ ਸਾਡਾ ਸ਼ਰੀਰ ਜਿਹੜਾ ਹੈ ਰੋਜ਼ ਰੋਜ਼ ਖਤਮ ਹੋ ਰਿਹਾ ਹੈ ਤੁਸੀਂ ਪਹਿਲਾਂ ਨਹੀਂ ਰੱਖਿਆ ਤਾਂ ਜਦ ਵੀ ਮਰਜੀ ਤੁਸੀਂ ਬਰਮਚਾਰਜੇ ਰੱਖ ਕੇ ਦੇਖ ਲਓ ਬਟਾਪੇ ਦੇ ਵਿੱਚ ਰੱਖ ਕੇ ਦੇਖ ਲਓ ਤੁਸੀਂ ਇਹਦੇ ਫਾਇਦੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਗੇ ਅੱਜ ਦੇ ਅਖਬਾਰਾਂ ਨੂੰ ਤੁਸੀਂ ਪੜ੍ਹ ਕੇ ਦੇਖ ਸਕਦੇ ਹੋ ਜ਼ਿਆਦਾਤਰ ਇਹ ਜੀਆਂ ਦਵਾਈਆਂ ਹੀ ਤਾਕਤ ਦੀਆਂ ਹੀ ਵਿਕਦੀਆਂ ਹੈ ਆਮ ਤੌਰ ਦੇ ਉੱਤੇ ਲੋਕ ਪਹਿਲਾਂ ਆਪਣਾ ਜੀਵਨ ਖਰਾਬ ਕਰਦੇ ਆ ਮਗਰੋਂ ਖੋਈ ਹੋਈ ਤਾਕਤ ਨੂੰ ਦਵਾਈ ਦੇ ਨਾਲ ਪੂਰੀ ਕਰਨਾ ਚਾਹੁੰਦੇ ਆ ਮਹਾ ਬਿੰਦ ਮਹਿ ਲਾਲ ਬਨਾਇਆ ਜਿਨ ਚੀਨਾ ਤੇ ਨਹੀਂ ਜਨ ਪਾਇਆ ਹੁਣ ਕਹਿੰਦੇ ਕਿ ਜਿਹੜਾ ਉਸ ਵੀਰ ਜੀ ਨੂੰ ਸਾਹਮਣੇ ਰੱਖਦਾ ਹੈ ਉਹਨਾਂ ਦੇ ਦਿਮਾਗ ਦੇ ਅੰਦਰ ਹਮੇਸ਼ਾ ਰੋਸ਼ਨੀ ਰਹਿੰਦੀ ਹੈ ਕਿਉਂਕਿ ਉਹ ਲਾਲ ਦੀ ਤਰ੍ਹਾਂ ਅੰਦਰ ਇਨਸਾਨ ਦੇ ਚਮਕਦੀ ਹੈ ਉਸੇ ਨੂੰ ਰੱਖਣ ਦੇ ਵਾਸਤੇ ਜੋਗੇ ਰਾਤਾਂ ਜਾਗੇ ਪਿੰਡ ਨੂੰ ਛੱਡ ਕੇ ਉਹ ਅਜਾੜਾਂ ਦੇ ਵਿੱਚ ਰਹੇ ਕਿਉਂਕਿ ਸਾਡੀ ਕਿਤੇ ਬਿੰਦ ਗਿਰ ਨਾ ਜਾਏ ਤਤ ਬਿੰਦ ਕੀ ਕਿਉਂ ਮਿਟ ਜਾਵੇ ਕਬਿੰਦ ਕਬਹੀ ਮਿਟ ਪਾ ਰਹੇ ਨੰਰੂਆ ਕਿ ਇਹ ਗੱਲ ਜੋ ਤਨ ਹੈ ਉਹਨੂੰ ਖੋ ਬੰਦੇ ਹੈ ਕਬੀਰ ਸਾਹਿਬ ਕਹਿੰਦੇ ਹੈ ਭਗਤ ਵਗਾੜੀ ਕਾਮੀਆਂ ਇੰਦਰੀ ਕੇਰੇ ਸਵਾਦ ਹੀਰਾ ਖੋਇਆ ਹਾਤ ਸੇ ਜਨਮ ਗਵਾਇਆ ਵਾਬ ਬਾਂਦੀ ਬਿੰਦ ਰਤਨ ਜਬ ਪਾਇਆ ਬਿੰਦ ਬਾਂਦੀ ਜਬ ਮਨ ਜਹਿਰਾਇਆ ਹੁਣ ਕਹਿਣ ਲੱਗੇ ਕਿ ਜਦ ਅਸੀਂ ਬਿੰਦ ਨੂੰ ਰੱਖ ਲਿਆ ਫੇਰ ਕੀ ਹੋਇਆ ਕਿ ਸਾਡੇ ਅੰਦਰ ਆਪਣੇ ਆਪ ਹੀ ਨਾਮ ਪ੍ਰਗਟ ਹੋ ਜਾਂਦਾ ਹੈ ਜੋਤ ਪ੍ਰਗਟ ਹੋ ਜਾਂਦੀ ਹੈ ਜੋ ਮਨ ਸਾਨੂੰ ਚੰਚਲ ਹਿਰਨ ਦੀ ਤਰ੍ਹਾਂ ਪਟਕਾਰਿਆ ਹੁੰਦਾ ਹੈ ਆਪਣੇ ਆਪ ਹੀ ਠਹਿਰ ਜਾਂਦਾ ਹੈ ਬਿੰਦਵਾਂਦੀ ਜਦ ਜੋਤ ਪ੍ਰਗਾਸੀ ਬਿੰਦਵਾਂਦੀ ਜਦ ਮਿਲਿਆ ਵਨਾਸੀ ਉਹ ਕਹਿੰਦੇ ਬਿੰਦ ਰੱਖਣ ਦੇ ਨਾਲ ਜੋਤ ਮੱਥੇ ਦੇ ਅੰਦਰ ਪ੍ਰਗਟ ਹੋ ਜਾਂਦੀ ਹੈ ਉਹ ਅਬਨਾਸ਼ੀ ਪਰਮਾਤਮਾ ਜਿਹਦਾ ਕਦੇ ਨਾਸ ਨਹੀਂ ਹੁੰਦਾ ਉਹ ਤੁਹਾਨੂੰ ਮਿਲ ਜਾਂਦਾ ਹੈ ਮੈਨੂੰ ਅੱਛੀ ਤਰ੍ਹਾਂ ਪਤਾ ਹੈ ਇੱਕ ਆਦਮੀ ਨੇ ਹਜੂਰ ਦੇ ਅੱਗੇ ਬੇਨਤੀ ਕੀਤੀ ਕਿ ਜੀ ਮੈਨੂੰ ਨਾਮ ਦੇ ਵਕਤ ਅਨਭਵਨੀ ਹੋਇਆ ਹਜੂਰ ਕਹਿਣ ਲੱਗੇ ਬੈਠ ਜਦ ਉਹਦੇ ਮੱਥੇ ਨੂੰ ਹੱਥ ਲਾਉਣ ਲੱਗੇ ਉਹ ਰੋ ਪਿਆ ਕਹਿਣ ਲੱਗਾ ਜੀ ਤੁਹਾਡਾ ਤਾਂ ਕੋਈ ਕਸੂਰ ਨਹੀਂ ਮੈਂ ਆਪਣੀ ਜ਼ਿੰਦਗੀ ਜਿੰਨੀ ਹੈ ਸਾਰੀ ਕਾਮ ਦੇ ਜਰੀਏ ਬਰਬਾਦ ਕਰੀ ਬੈਠਾ ਹਾਂ ਕਿੱਥੇ ਤੁਸੀਂ ਜਗਾ ਦਿਓਗੇ ਜੋਤ ਨੂੰ ਮੇਰੀ ਤਾਂ ਬੁਝਾਈ ਹੋਈ ਹੈ ਹਜ਼ੂਰ ਵੀ ਉਸ ਦੀ ਕਹਾਣੀ ਸੁਣ ਕੇ ਬੜਾ ਹੀ ਕਹਿਣ ਲੱਗੇ ਬਈ ਤੂੰ ਹੁਣ ਅੱਗੇ ਵਾਸਤੇ ਸਬਰ ਕਰ ਗੁਰੂ ਗੋਬਿੰਦ ਸਿੰਘ ਕਹਿੰਦੇ ਆ ਪਰ ਨਾਰੀ ਕੀ ਛੇਜ ਫੂਲ ਸੁਫਨੇ ਨਾ ਜਈ ਹੋ ਬਿੰਦ ਬੰਦੀ ਤਵ ਟੰਡ ਥਿਰ ਪਾਇਆ ਬਿੰਦ ਵੰਦੀ ਜਬ ਅਮਰ ਠਰਾਇਆ ਅਗਰ ਤੁਹਾਡੇ ਅੰਦਰ ਬਿੰਦ ਰੱਖੀ ਹੈ ਤੁਸੀਂ ਜਤੀ ਹੋ ਜੇ ਤਿੰਦਰੀ ਹੋ ਤੁਸੀਂ 5 5 7 7 ਘੰਟੇ 10 10 ਘੰਟੇ ਲਗਾਤਾਰ ਬੈਠ ਸਕਦੇ ਹੋ ਚੌਂਕੜੀ ਤੇ ਇੱਕ ਦੇ ਉੱਤੇ ਸਿਰਫ ਟੱਟੀ ਪਿਸ਼ਾਬ ਵਾਸਤੇ ਤੁਸੀਂ ਬਾਹਰ ਜਾਓਗੇ ਥਕੀਮਾ ਆਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾਗਾ ਖਿਆਲ ਤੁਹਾਡਾ ਬਾਹਰ ਜਾਵੇਗਾ ਹੀ ਨਹੀਂ ਹਮੇਸ਼ਾ ਇਸ ਤਰ੍ਹਾਂ ਗੁਲਾਬ ਦੇ ਫੁੱਲ ਦੀ ਤਰ੍ਹਾਂ ਤੁਹਾਡਾ ਜਿਹੜਾ ਅੰਦਰੋਂ ਦਿਲ ਹੈ ਉਹ ਖਿੜਿਆ ਰਹੇਗਾ ਮਿੰਦ ਬਾਂਦੀ ਜਦ ਆਪ ਆਪ ਜਾਣਾ ਮਿੰਦ ਬਾਂਦੀ ਤਤ ਪਰਗਟਨ ਹੁਣ ਕਹਿੰਦੇ ਕਿ ਜਤ ਇੰਦਰੀ ਹੋਣ ਦੇ ਨਾਲ ਬਿੰਦ ਰੱਖਣ ਦੇ ਨਾਲ ਤੁਸੀਂ ਆਪਣੇ ਆਪ ਦੀ ਪਹਿਚਾਨ ਕਰ ਸਕੋਗੇ ਤੁਹਾਡੇ ਅੰਦਰ ਨਾਮ ਦਾ ਹੀਰਾ ਜਿਹੜਾ ਹੈ ਉਹ ਪ੍ਰਗਟ ਹੋ ਜਾਏਗਾ ਮਹਾਤਮਾ ਸਾਨੂੰ ਸਮਝਾਉਂਦੇ ਆ ਸ਼ਾਦੀ ਦਾ ਮਤਲਬ ਇਹ ਨਹੀਂ ਕਿ ਅਸੀਂ ਭੋਗਾ ਦੇ ਕੀੜੇ ਬਣ ਜਾਈਏ ਦਿਨ ਰਾਤ ਇਸੇ ਪਾਸੇ ਲੱਗੇ ਰਹੀਏ ਕਬੀਰ ਸਾਹਿਬ ਕਹਿੰਦੇ ਆ ਨਾਰ ਪਰਾਈ ਆਪਣੀ ਭੋਗੇ ਨਰਕੇ ਜਾਏ ਆਗ ਆਗ ਸਭ ਇੱਕਾ ਹੱਥ ਦੀ ਜਲ ਜਾਏ ਬਿੰਦ ਬਾਂਦੀ ਜਬ ਬ੍ਰਹਮ ਕੋਰ ਲਿਆ ਨਾਨਕ ਬਿੰਦ ਬਾਂਦੀ ਫਿਰ ਘਰ ਬਨ ਗਲੇਆ ਹੁਣ ਗੁਰੂ ਨਾਨਕ ਸਾਹਿਬ ਕਹਿੰਦੇ ਆ ਅਗਰ ਤੁਸੀਂ ਜਤਿੰਦਰੀ ਹੋ ਜਾਓ ਬਿੰਦ ਰੱਖ ਲਓ ਤੁਸੀਂ ਬ੍ਰਹਮ ਦੇ ਵਿੱਚ ਪਹੁੰਚ ਜਾਓਗੇ ਤੁਹਾਨੂੰ ਕੋਈ ਮੁਸ਼ਕਲ ਨਹੀਂ ਹੋਏਗਾ ਤੁਸੀਂ ਮਾਤਾ ਦੇ ਪੇਟ ਦੇ ਅੰਦਰ ਨਹੀਂ ਆਉਂਗੇ ਕਿ ਤੁਹਾਡਾ ਜੰਮਣ ਮਰਨ ਦੇ ਵਿੱਚ ਨਹੀਂ ਆਉਂਗੇ ਹੁਣ ਕੀ ਐ ਸਾਡਾ ਖਿਆਲ ਟਿਕਦਾ ਨਹੀਂਗਾ ਮੋੜ ਮੋੜ ਕੇ ਲਿਉਨੇ ਹੈ ਫੇਰ ਗਿਰ ਜਾਂਦਾ ਹੈ ਥੱਲੇ ਫੇਰ ਲਿਉਨੇ ਫੇਰ ਗਿਰ ਜਾਂਦਾ ਹੈ ਕਦੇ ਕਿਧਰੇ ਕਦੇ ਕਿਧਰੇ ਕਿਉਂਕਿ ਸਾਡੇ ਅੰਦਰ ਜਿਹੜੀ ਵਿਚਾਰ ਸ਼ਕਤੀ ਹੈ ਬਿਲ ਪਾਵਰ ਹੈ ਉਸ ਦੀ ਕਮੀ ਹੈ ਜਿਹੜਾ ਇਸ ਨੂੰ ਨਾ ਮੰਨੇ ਉਹ 2-4 ਮਹੀਨੇ ਕਰਕੇ ਦੇਖ ਲੈ ਕਿ ਇਸ ਦਾ ਕੋਈ ਫਾਇਦਾ ਹੈ ਜਾਂ ਨਹੀਂ ਤੁਹਾਡੇ ਖਿਆਲ ਕਿਸ ਤਰ੍ਹਾਂ ਟਿਕ ਜਾਣਗੇ ਬਿੰਦ ਬਾਂਦੀ ਤਬ ਰਹਿਤ ਸਭ ਜਾਣੀ ਬਿੰਦਵੰਦੀ ਜਬ ਜੋਤ ਪ੍ਰਗਟ ਕਰਨੀ ਹੁਣ ਕਹਿੰਦੇ ਐ ਅਗਰ ਸਿਬਰ ਵਿਚਾਰੀ ਜੀਵਨ ਦਾ ਪਾਲਣ ਕਰਦੇ ਹੈ ਸਖਤੀ ਦੇ ਨਾਲ ਫਿਰ ਕੀ ਐ ਕਿ ਸਾਨੂੰ ਸੰਤ ਮਤ ਦੇ ਕਾਇਦੇ ਕਾਨੂੰਨਾਂ ਦਾ ਆਪਣੇ ਆਪ ਹੀ ਪਤਾ ਲੱਗ ਜਾਏਗਾ ਕਿਸ ਤਰ੍ਹਾਂ ਰਸਤਾ ਅੱਗੇ ਖੁੱਲਦਾ ਹੈ ਕਿਸ ਤਰ੍ਹਾਂ ਗੁਰੂ ਸਾਡੀ ਮਦਦ ਕਰਦਾ ਹੈ ਸਾਨੂੰ ਕੋਈ ਸਵਾਲ ਹੀ ਨਹੀਂ ਕਰਨਾ ਪਏਗਾ ਇਸ ਪਾਸੇ ਆਪ ਕਹਿੰਦੇ ਐ ਕਿਉਂਕਿ ਸਾਡੇ ਅੰਦਰ ਜੋਤ ਆਪਣੇ ਆਪ ਹੀ ਪ੍ਰਗਟ ਹੋ ਜਾਣੀ ਹੈ ਮਿੰਦ ਬੰਦੀ ਤਬ ਬਖਮ ਗੜ ਸਾਧਾ ਮਿੰਦ ਬੰਦੀ ਤਬ ਭੈ ਪਦਲਾ ਜਾ ਮਿੰਦ ਬੰਦੀ ਤਬ ਹਕਮ ਪਿਆਗੇ ਮਿੰਦ ਬੰਦੀ ਤਬ ਆਗਮ ਤੋਨੇ ਲਾ ਹੁਣ ਕਹਿੰਦੇ ਜਦ ਅਸੀਂ ਜਤੈਂਦਰੀ ਹਾਂ ਸਾਨੂੰ ਕੋਈ ਦੁਨੀਆ ਦੀ ਮਾਨ ਵਡਿਆਈ ਜਾਦੇ ਆਪਣੇ ਵਿੱਚ ਨਹੀਂ ਪਸਾਉਂਦੀਗੀ ਕਿਉਂਕਿ ਉਸ ਦਾ ਤਾਂ ਖਿਆਲ 24 ਘੰਟੇ ਅੰਦਰ ਲੱਗਿਆ ਹੈ ਔਰ ਜੇ ਅਸੀਂ ਇਸ ਦੀ ਰੱਖਿਆ ਕਰਦੇ ਹਾਂ ਬਾਦੀ ਅਗਨ ਤੁਨ ਲੱਗਦੀ ਤਾਂ ਸਾਡੇ ਅੰਦਰ ਤੁਨ ਆਪਣੇ ਆਪ ਹੀ ਪ੍ਰਗਟ ਹੋ ਜਾਂਦੀ ਹੈ ਕਿਉਂਕਿ ਹੁਣ ਅਸੀਂ ਆਮ ਤੌਰ ਦੇ ਤੇ ਕਹਿ ਦਿੰਦੇ ਆ ਜੀ ਜਿੱਦ ਦੇ ਅਸੀਂ ਨਾਮ ਲਿਆ ਸੀ ਉਹਦੇ ਤਾਂ ਤੁਨ ਸਾਨੂੰ ਸੁਣਾਈ ਦਿੱਤੀ ਸੀ ਹੁਣ ਪਤਾ ਹੀ ਨਹੀਂ ਕਿੱਧਰ ਗਈ ਹੈ ਜਦ ਉਹਨਾਂ ਨੂੰ ਪਿਆਰ ਦੇ ਨਾਲ ਪੁੱਛੀਦਾ ਹੈ ਫਿਰ ਉਹ ਆਪ ਹੀ ਵਿਚਾਰੇ ਕੋ ਬਾ ਮਾਰ ਕੇ ਦੱਸ ਦਿੰਦੇ ਆ ਕਿ ਜੀ ਉਹ ਅਸੀਂ ਤਾਂ ਆਪਣੀ ਜ਼ਿੰਦਗੀ ਬਰਬਾਦ ਕਰੀ ਬੈਠੇ ਹਾਂ ਕਿਉਂਕਿ ਨਾਮ ਦੀ ਚੜ੍ਹਾਈ ਉੱਪਰ ਨੂੰ ਹੈ ਕਾਮ ਦੀ ਗਰਾਵਿਟੀ ਥੱਲੇ ਨੂੰ ਹੈ ਜਿੱਥੇ ਕਾਮ ਹੈ ਉੱਥੇ ਨਾਮ ਪ੍ਰਗਟ ਹੋ ਹੀ ਨਹੀਂ ਸਕਦਾਗਾ ਜਿੱਥੇ ਨਾਮ ਹੈ ਪ੍ਰਗਟ ਹੋ ਗਿਆ ਉੱਥੇ ਕਾਮ ਨਹੀਂ ਆ ਕੇ ਪਰਮਾਰਸ ਕਬੀਰ ਸਾਹਿਬ ਕਹਿੰਦੇ ਆ ਜਿੱਥੇ ਕਾਮ ਹੈ ਉੱਥੇ ਨਾਮ ਨਹੀਂ ਜਿੱਥੇ ਨਾਮ ਹੈ ਉੱਥੇ ਕਾਮ ਨਹੀਂ ਜਿੱਥੇ ਦਿਨ ਹੈ ਉੱਥੇ ਰਾਤ ਨਹੀਂ ਜਿੱਥੇ ਰਾਤ ਹੈ ਉੱਥੇ ਦਿਨ ਨਹੀਂ ਬਿੰਦ ਬੰਦੀ ਤਬ ਜੋਗ ਮਿਤ ਪਾਈ ਬਿੰਦ ਬਾਂਦੀ ਤਬ ਸ਼ਿਵ ਯੁਗ ਤੇ ਆਈ ਹੁਣ ਕਹਿੰਦੇ ਅਗਰ ਜੇ ਅਸੀਂ ਬਿੰਦ ਨੂੰ ਰੱਖਦੇ ਹਾਂ ਤੋ ਤਬ ਸ਼ਿਵ ਯੁਗ ਆਈ ਬਾਂਦੀ ਤਬ ਯੁਗ ਆਈ ਆਪ ਕਹਿੰਦੇ ਅਗਰ ਅਸੀਂ ਬਿੰਦ ਰੱਖਦੇ ਹਾਂ ਸਾਨੂੰ ਸਾਰੀਆਂ ਜੋਗੀਆਂ ਦੀਆਂ ਯੁਗਤਾਂ ਦਾ ਪਤਾ ਲੱਗ ਜਾਂਦਾ ਹੈ ਕਿ ਕਿਸ ਤਰ੍ਹਾਂ ਜੋਗੀ ਲੋਕ ਇਸ ਤੋਂ ਫਾਇਦਾ ਉਠਾਗੇ ਸੀਗੇ ਔਰ ਸਾਨੂੰ ਸਭ ਦੇਵਤਿਆਂ ਦੀ ਯੁਗਤੀ ਦਾ ਪਤਾ ਲੱਗ ਜਾਂਦਾ ਹੈ ਕਿ ਉਹਨਾਂ ਦੇ ਅੰਦਰ ਉਹਨਾਂ ਨੇ ਕਿਸ ਤਰ੍ਹਾਂ ਇਸ ਤੋਂ ਕਮ ਲਿਆ ਬਿੰਦਵਾਂਦੀ ਤੇ ਖਿਵਾ ਮਨ ਆਵੇ ਬਿੰਦਵਾਂਦੀ ਵੇ ਅਗਰੈਸਿਵ ਬਣਦੀ ਰੱਖਿਆ ਕਰਦੇ ਆ ਪਰ ਵਿਚਾਰੀ ਸਾਡਾ ਜੀਵਨ ਹੈ ਸਾਡੇ ਅੰਦਰ ਖਿਮਾ ਕਮਾਲ ਦੀ ਆ ਜਾਂਦੀ ਹੈ ਅਸੀਂ ਦੂਸਰੇ ਨੂੰ ਖਿਮਾ ਕਰ ਸਕਦੇ ਹਾਂ ਕਿਉਂਕਿ ਸਾਡੇ ਅੰਦਰ ਨਾਮ ਪ੍ਰਗਟ ਹੋ ਜਾਂਦਾ ਹੈ ਮੈਂ ਦੇਖਿਆ ਹੈ ਕਿ ਅਗਰ ਕਿਸੇ ਤੋਂ ਗਲਤੀ ਹੋ ਜਾਵੇ ਉਹ ਕਹਿੰਦਾ ਮੈਨੂੰ ਭਰਾਵਾ ਖਿਮਾ ਕਰ ਦੇ ਮਾਫ ਕਰ ਦੇ ਦੂਸਰਾ ਆਦਮੀ ਨੂੰ ਮਾਫ ਕਰ ਹੀ ਨਹੀਂ ਸਕਦਾਗਾ ਕਿਉਂਕਿ ਉਹਦੇ ਕੋਲੇ ਨਹੀਂ ਹੁੰਦੀ ਮਾਫੀ ਬਿੰਦ ਬਾਂਦੀ ਤਵ ਕਾਇ ਵਿਚਾਰੀ ਨਾਨਕੇ ਕੋਟ ਮਦੇ ਕੋਈ ਰਤਨ ਬਿਉਹਾਰੀ ਹੁਣ ਕਹਿੰਦੇ ਅਗਰ ਅਸੀਂ ਬ੍ਰਹਮਚਾਰੀ ਜੀਵਨ ਦਾ ਪਾਲਣ ਕਰਦੇ ਹਾਂ ਬੰਦ ਰੱਖਦੇ ਹਾਂ ਤਾਂ ਸਾਨੂੰ ਸਾਰੀ ਸਾਡੀ ਕਾਇਆ ਦੀ ਵਿਚਾਰ ਆ ਜਾਂਦੀ ਹੈ ਕਿ ਇਸ ਦੇ ਅੰਦਰ ਇਸ ਰਤਨ ਨੂੰ ਰੱਖਣਾ ਕਿੰਨਾ ਜ਼ਰੂਰੀ ਸੀਗਾ ਔਰ ਜੋ ਰਤਨ ਬਿਉਹਾਰ ਇਸ ਵਾਸਤੇ ਉਹ ਇਸ ਰਤਨ ਰਤਨ ਨੂੰ ਸਮਝ ਕੇ ਇਸ ਰਤਨ ਦੀ ਤਰ੍ਹਾਂ ਸਮਝਦਾ ਹੈ ਔਰ ਇਸ ਦਾ ਇਸੇ ਦਾ ਉਹ ਵਪਾਰੀ ਹੁੰਦਾ ਹੈ ਔਰ ਇਸ ਨੂੰ ਸੰਭਾਲ ਕੇ ਰੱਖਦਾ ਹੈ ਆਪ ਕਹਿੰਦੇ ਜਿਸ ਤਰ੍ਹਾਂ ਹੀਰਿਆਂ ਦਾ ਜੋ ਵਪਾਰੀ ਹੁੰਦਾ ਹੈ ਰਤਨਾਂ ਦਾ ਵਪਾਰੀ ਹੁੰਦਾ ਹੈ ਉਹ ਕੋਲਿਆਂ ਦੀ ਦੁਕਾਨ ਤੇ ਜਾ ਕੇ ਨਹੀਂ ਖੜਦਾਗਾ ਉਹ ਹਮੇਸ਼ਾ ਰਤਨ ਦਾ ਰਤਨਾਂ ਦਾ ਹੀ ਗਾਹਕ ਹੁੰਦਾ ਹੈ ਲੇਕਿਨ ਗੁਰੂ ਨਾਨਕ ਸਾਹਿਬ ਕਹਿੰਦੇ ਆ ਕਿ ਇਸ ਤਰ੍ਹਾਂ ਦਾ ਜਿਸ ਨੇ ਬੰਦ ਰੱਖੀ ਹੋਵੇ ਉਹ ਵੀ ਲੱਖਾਂ ਚੋਂ ਇੱਕ ਅੱਧਾ ਹੀ ਹੁੰਦਾ ਹੈ ਕਿਉਂਕਿ ਸ਼ਰਿੰਗੀ ਰੇਖੀ ਨੇ ਵਿਚਾਰੇ ਨੇ ਆਪਣਾ ਜੱਤ ਰੱਖਣ ਦੀ ਖਾਤਰ ਅਨ ਪਾਣੀ ਵੀ ਛੱਡ ਦਿੱਤਾ ਸੀਗਾ ਉਹ ਦਰਖਤ ਦੇ ਉੱਤੇ ਇੱਕ ਵਾਰੀ ਦਿਨ ਵੀ ਦੀ ਜਵਾਨ ਮਾਰ ਲੈਂਦਾ ਸੀਗਾ ਜਦ ਰਾਜੇ ਜਸਰਤ ਦੇ ਕਰੇ ਕੋਈ ਔਲਾਦ ਨਹੀਂ ਹੁੰਦੀ ਸੀ ਉਸ ਨੇ ਜੋਤਸੀ ਨੂੰ ਪੁੱਛਿਆ ਕਿ ਔਲਾਦ ਨਹੀਂ ਹੁੰਦੀ ਉਹ ਕਹਿੰਦੇ ਅਗਰ ਸ਼ਰਿੰਗੀ ਰਿਖੀ ਯੱਗ ਆ ਕੇ ਕਰ ਦੇਵੇ ਤਾਂ ਤੇਰੇ ਔਲਾਦ ਹੋ ਸਕਦੀ ਹੈ ਉਹ ਹੁਣ ਕਦੇ ਸ਼ਹਿਰ ਦੇ ਵਿੱਚ ਆਉਂਦਾ ਨਹੀਂ ਸੀਗਾ ਦਿਲ ਦੇ ਵਿੱਚ ਇਹ ਖਿਆਲ ਸੀ ਕਿ ਮੇਰਾ ਜਿਹੜਾ ਜੀਵਨ ਹੈ ਇਹ ਗੰਦਾ ਨਾ ਹੋ ਜਾਵੇ ਕੁਛ ਬੇਸਵਾ ਨੇ ਕਿਹਾ ਕਿ ਅਸੀਂ ਉਹਨੂੰ ਲਿਆ ਸਕਦੀਆਂ ਹਾਂ ਉਹ ਕਹਿਣ ਲੱਗਿਆ ਅਗਰ ਤੁਸੀਂ ਲਿਆ ਕੇ ਜੱਗ ਕਰਾ ਦੇਉ ਮੂੰਹ ਮੰਗਿਆ ਤਾਂ ਲੈ ਸਕਦੇ ਹਾਂ ਉਹ ਗਈਆਂ ਉਹਨਾਂ ਨੇ ਪਗਮੇ ਕੱਪੜੇ ਪਾਲੇ ਜਿਹੇ ਜੇ ਸ਼ਿੰਗਰੀ ਰਖੀ ਦੇ ਪਾਏ ਹੁੰਦੇ ਸੀਗੇ ਉਹ ਕਹਿਣ ਲੱਗਿਆ ਕਿ ਦੇਖਿਆ ਕੀ ਖਾਣਾ ਖਾਂਦਾ ਹੈ ਉਹ ਦਰਖਤ ਦੇ ਉੱਤੇ ਇੱਕ ਵਾਰੀ ਦਿਨਵੀ ਦੀ ਜਵਾਨ ਮਾਰਦਾ ਸੀਗਾ ਉੱਥੇ ਉਹਨਾਂ ਨੇ ਸ਼ਹਿਤ ਲਾਉਣਾ ਸ਼ੁਰੂ ਕਰ ਦਿੱਤਾ ਜਦੋਂ ਉਸ ਨੂੰ ਮਿੱਠਾ ਲੱਗਿਆ ਜਿੱਥੇ ਇੱਕ ਵਾਰੀ ਜਵਾਨ ਮਾਰਦਾ ਸੀ ਤੇ ਦੋ ਵਾਰੀ ਜਵਾਨ ਮਾਰਨ ਲੱਗ ਪਿਆ ਅਖੀਰ ਅੰਨ ਲਾ ਦਿੱਤਾ ਅੱਛੇ ਅੱਛੇ ਤਾਕਤਵਰ ਖਾਣੇ ਉੱਥੇ ਤੋਹਿਆਂ ਵਗੈਰਾ ਲਾ ਦਿਤੀਆਂ ਜਦ ਅਦ੍ਰਿਸ਼ਟ ਪੁਸ਼ਟ ਹੋਇਆ ਤਾਂ ਉਹ ਕੋਲੇ ਸਨ ਔਰ ਜਦ ਅਦ੍ਰਿਸ਼ਟ ਪੁਸ਼ਟ ਹੋਇਆ ਉਹ ਜਿੱਦਿਆਂ ਉਹਦੇ ਕੋਲੇ ਆਏ ਸਨ ਸਰੰਗੀ ਰਿਖੀ ਨੇ ਆਪਦੇ ਗੁਰੂ ਕੋਲੇ ਕਿਹਾ ਸੀਗਾ ਭਕੇ ਜੀ ਮੇਰੇ ਤਾਂ ਸਿਰ ਦੇ ਵਿੱਚ ਸਿੰਘੀ ਹੈ ਇੱਕ ਐਸੇ ਵੀ ਰਿਖੀ ਆਏ ਆ ਜਿਨ੍ਹਾਂ ਦੇ ਛਾਤੀ ਦੇ ਉੱਤੇ ਸਿੰਘ ਹੈ ਉਹਦਾ ਗੁਰੂ ਕਹਿਣ ਲੱਗਿਆ ਬੇਟਾ ਛਾਤੀ ਤੇ ਸਿੰਘਾਂ ਵਾਲਿਆਂ ਦਾ ਵਸਾ ਨਹੀਂ ਕਰੀਦਾ ਹੁੰਦਾਗਾ ਲੇਕਿਨ ਉਹਦੇ ਦਿਲ ਦੇ ਵਿੱਚ ਉਹ ਭਾਗੇ ਸੀਗੇ ਬੇ ਐਵੇਂ ਗੁਰੂ ਜੀ ਕਹਿੰਦੇ ਹੈ ਸੋ ਇਸ ਤਰ੍ਹਾਂ ਜਦ ਉਹਨੇ ਪਰਿਸ਼ਟ ਪੋਸ਼ਟ ਹੋ ਗਿਆ ਉਹ ਮਾਈ ਕੋਲੇ ਸੀਗੀ ਜੋ ਕੁਛ ਦੁਨੀਆਦਾਰੀ ਕੀਤੀ ਕਈ ਬੱਚੇ ਪੈਦਾ ਹੋਏ ਜਦ ਕਈ ਬੱਚੇ ਪੈਦਾ ਹੋਏ ਉਹ ਕਹਿਣ ਲਗੀ ਦੇਖ ਆਪਣਾ ਇੱਥੇ ਹੁਣ ਗੁਜਰ ਨਹੀਂ ਹੁੰਦਾਗਾ ਆਪਾਂ ਸ਼ਹਿਰ ਚੱਲੀਏ ਔਰ ਅਸੀਂ ਜਾਣਦੇ ਆ ਅਮਰੀਕਨ ਲੋਕ ਕਿਸ ਤਰ੍ਹਾਂ ਫਿਰ ਉਹ ਬੱਚੇ ਚੱਕੀਦੇ ਹੁੰਦੇ ਆ ਉਹ ਕੁਛ ਪਿੱਠ ਤੇ ਬਿਠਾ ਲੇ ਕੁਛ ਹੱਥਾਂ ਦੇ ਵਿੱਚ ਫੜ ਲੇ ਕੁਛ ਅੱਗੇ ਲਮਕਾ ਲਿਆ ਜਦ ਲੋਕ ਬੜੇ ਇਕੱਠੇ ਹੋਏ ਸੀ ਕਿ ਸਰਿੰਗੀਰੀ ਕੀ ਆਉਣ ਲੱਗਿਆ ਹੈ ਆਪਾਂ ਸਵਾਗਤ ਕਰੀਏ ਜਦੋਂ ਕਈ ਬੱਚੇ ਦੇਖੇ ਸ਼੍ਰੀ ਗੀਰੀਖੀ ਦੇ ਕੋਲੇ ਉਹ ਲੋਕ ਕਹਿਣ ਲੱਗੇ ਉਹ ਹੋ ਅਸੀਂ ਤਾਂ ਇਹਨੂੰ ਸਮਝਦੇ ਸੀ ਇਹ ਮਹਾਤਮਾ ਹੈ ਇਹ ਤਾਂ ਬੱਚਿਆਂ ਦੀ ਪੰਡ ਚੁੱਕੀ ਫਿਰਦਾ ਗ੍ਰਸਤੀਆਂ ਨੂੰ ਵੀ ਪੜਾ ਹੋਇਆ ਫਿਰਦਾ ਹੈ ਲੇਕਿਨ ਉਹਦੋਂ ਉਹ ਨੂੰ ਜਾਗ ਆਏ ਕਿ ਉਹ ਹੋ ਮੈਂ ਤਾਂ ਗਿਰ ਗਿਆ ਫਿਰ ਉਹ ਰੋਹੀ ਨੂੰ ਜੰਗਲ ਨੂੰ ਭੱਜ ਗਿਆ ਸੋ ਇਸ ਵਾਸਤੇ ਇਹ ਨਹੀਂ ਕਿ ਉਹ ਮਹਾਤਮਾ ਗਿਰਗੇ ਸੀ ਮੁੜ ਕੇ ਨਹੀਂ ਸੰਭਲੇ ਸੀਗੇ ਲੇਕਿਨ ਕਿਹੜਾ ਉਹਨਾਂ ਦੇ ਵੀ ਮਨ ਨੂੰ ਧੋਖਾ ਦੇ ਦਿੱਤਾ ਸੀਗਾ ਸੰਦੀ ਬਿੰਦੀ ਸਾਰ ਸਿਰਫ ਬਿਰਲੇ-ਵਿਰਲੇ ਜਾਣਦੇ ਹੈ ਔਰ ਇਸ ਰਤਨ ਨੂੰ ਵਿਰਲੇ ਵਿਰਲੇ ਪਛਾਣਦੇ ਆ ਔਰ ਇਸ ਜੋਤ ਨੂੰ ਵੀ ਵਿਰਲੇ ਵਿਰਲੇ ਪਛਾਣਦੇ ਹੈ ਰਤਨ ਜੋਤ ਕੋਈ ਜੋਹਰੀ ਪਾਵੇ ਰਤਨ ਕੀ ਜੋਤ ਮਿਤ ਆਖ ਸੁਣਾਵੇ ਗੁਰੂ ਨਾਨਕ ਸਾਹਿਬ ਕਹਿੰਦੇ ਆ ਕਿ ਜਿਸ ਤਰ੍ਹਾਂ ਹੀਰੇ ਜਵਾਰਾਂ ਦੇ ਕਟ ਵਪਾਰੀ ਹੁੰਦੇ ਆ ਇਸੇ ਤਰ੍ਹਾਂ ਇਸ ਜੋਤ ਨੂੰ ਬਹੁਤ ਥੋੜੇ ਆਦਮੀ ਪ੍ਰਕਾਸ਼ ਕਰਦੇ ਆ ਥੋੜੇ ਆਦਮੀ ਇਸ ਤੁਹਾਨੂੰ ਸੰਭਾਲ ਕੇ ਰੱਖਦੇ ਆ ਰਤਨ ਕਾ 파ਰਖੂ ਰਤਨ ਕੋ ਪਾਵੇ ਮੇਨ ਜਹਰੀ ਨ ਪਰਖਿਆ ਜਾਵੇ ਹੁਣ ਕਹਿੰਦੇ ਕਿ ਰਤਨਾ ਦਾ 파ਰਖੂ ਕੋਈ ਰਤਨੀ ਉਹੀ ਖਰੀਦ ਸਕਦਾ ਹੈ ਔਰ ਬਿਨਾ ਜੌਰੀ ਤੋਂ ਉਪਰ ਖੇ ਨਹੀਂ ਜਾ ਸਕਦਾਗਾ ਦੁਨੀਆ ਦੇ ਅੰਦਰ ਰਤਨ ਹੀਰੇ ਇਹੀ ਕੀਮਤੀ ਹੈ ਗੁਰੂ ਨਾਨਕ ਸਾਹਿਬ ਨੇ ਕੀਮਤੀ ਤੋਂ ਕੀਮਤੀ ਚੀਜ਼ ਨਾਲ ਇਸ ਤਨ ਦੀ ਤੁਲਨਾ ਦੇ ਕੇ ਸਾਨੂੰ ਸਮਝਾਇਆ ਹੈ ਜਿਸ ਦੀ ਅਸੀਂ ਕਦਰ ਨਹੀਂ ਕਰਦੇ ਜਬ ਰਤਨ ਅਥ ਚੜਿਆ ਤਬ ਬਿਮਲੇ ਜੁਗਤ ਪਾਈ ਯਾਬ ਰਤਨ ਹੱਥ ਚੜਿਆ ਤਬ ਪਈ ਸੀਤਲਾਈ ਹੁਣ ਕਹਿੰਦੇ ਕਿ ਸਾਨੂੰ ਮਾਲਕ ਦੇ ਮਿਲਣ ਦੀ ਯੁਗਤੀ ਮਿਲ ਜਾਂਦੀ ਹੈ ਜਦੋਂ ਇਹ ਰਤਨ ਸਾਨੂੰ ਲੱਭ ਪੈਂਦਾ ਹੈ ਔਰ ਇਸੇ ਵੇਲੇ ਸਾਨੂੰ ਸੀਤਲਾਈ ਆ ਜਾਂਦੀ ਹੈ ਕਿ ਸਾਡਾ ਮਨ ਸ਼ਾਂਤ ਹੋ ਜਾਂਦਾ ਹੈ ਮੈਂ ਪਹਿਲਾਂ ਹੀ ਦੱਸਿਆ ਸੀਗਾ ਕਿ ਜਿਤਨਾ ਅੱਜ ਅਸੀਂ ਇਸ ਨੂੰ ਰੱਖਣਾ ਕਠਨ ਸਮਝਦੇ ਆਂ ਅਗਰ ਅਸੀਂ ਬਚਪਣੇ ਤੋਂ ਇਸ ਤੰਦੀ ਰਾਖੀ ਕੀਤੀ ਹੋਵੇ ਸਾਨੂੰ ਗੇਰ ਨਾਲੋਂ ਜ਼ਿਆਦਾ ਸੁਖੇ ਦੇ ਰੱਖਣ ਦੇ ਵਿੱਚ ਆਉਂਦਾ ਹੈ। ਜਵਰਤਨ ਹੱਥ ਚੜਿਆ ਤਵ ਸਭ ਮਿਤ ਜਾਨੀ। ਜਵਰਤਨ ਹੱਥ ਚੜਿਆ ਤਵ ਪੈ ਮੋਨ ਧਿਆਨੀ। ਕਹਿੰਦੇ ਹੱਥ ਦੇ ਵਿੱਚ ਆ ਜਾਂਦਾ ਹੈ। ਫਿਰ ਕੀ ਹੈ ਸਾਨੂੰ ਅੰਦਰਲਾ ਗਿਆਨ ਪ੍ਰਾਪਤ ਹੋ ਜਾਂਦਾ ਹੈ। ਦੁਨੀਆ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ। ਜੋ ਕੁਝ ਵੀ ਅਸੀਂ ਸੋਚਦੇ ਹਾਂ ਉਹ ਸਾਡੀ ਸੋਚਣੀ ਸਹੀ ਹੋ ਜਾਂਦੀ ਹੈ ਇਸ ਵਾਸਤੇ ਆਪ ਕਹਿੰਦੇ ਇਸ ਦੀ ਵਡਿਆਈ ਕਰਦੇ ਆ ਸੁਨ ਸਮਾਦ ਕਾ ਪਾਇਆ ਜਿਨ ਰੂਪ ਨਾਨਕ ਤੇ ਸੱਥ ਚੜਿਆ ਰਤਨ ਅਨੂਪ ਹੁਣ ਕਹਿਣ ਲੱਗੇ ਜਿਸ ਨੇ ਧਨ ਸਾਭ ਕੇ ਰੱਖ ਲਿਆ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਉਹਨਾਂ ਨੇ ਇਹ ਰਤਨ ਅਨੂਪ ਸੋਹਣਾ ਰਤਨ ਪਾਲਿਆ ਹੈ ਜਿਸ ਤਰ੍ਹਾਂ ਸੱਪ ਰਾਤ ਨੂੰ ਆਪਣੀ ਮਨੀ ਰੱਖ ਕੇ ਖੇਡਦਾ ਹੈ ਉਸ ਦਾ ਬੜਾ ਚਾਨਣ ਹੁੰਦਾ ਹੈ ਇਸੇ ਤਰ੍ਹਾਂ ਐਸੇ ਅਬਿਆਸੀ ਨੂੰ ਸਾਰਾ ਦਿਨ ਹੀ ਖੁਸ਼ੀ ਬਣੀ ਰਹਿੰਦੀ ਹੈ ਕਿਉਂਕਿ ਉਹ ਇਸ ਤਰ੍ਹਾਂ ਦਾ ਰਤਨ ਹੈ ਜਿੰਨ ਬਿੰਦ ਖੋਈ ਤੈਨੈ ਰਤਨ ਗਵਾ ਜਿੰਨ ਬਿੰਦ ਖੋਈ ਸੋ ਗਰਭ ਮੇ ਆ ਕਹਿੰਦੇ ਜੀਨੇ ਬਿੰਦ ਖੋਦ ਦਿੱਤੀ ਇਹ ਰਤਨ ਗਵਾ ਦਿੱਤਾ ਜੀਨੇ ਬਿੰਦ ਖੋਦ ਦਿੱਤੀ ਉਹ ਜੰਮੜ ਮਰਨ ਦੇ ਵਿੱਚ ਰਹਿੰਦਾ ਹੈ ਜਿਨ ਬਿੰਦ ਖੋਈ ਸੀ ਫੇ 84 ਇਹਨਾਂ ਵੇਂਦ ਖੋਈ ਸੀ ਪੜੇ ਜਮ ਫਾਸੀ ਕਹਿੰਦੇ ਜੋ ਬਿੰਦ ਨੂੰ ਖੋਂਦਾ ਹੈ ਉਹ 84 ਜਾਂਦਾ ਹੈ ਉਹੀ ਜਮਾਂ ਦੇ ਹਵਾਲੇ ਹੁੰਦਾ ਹੈ ਜਿੰਨ ਬਿੰਦ ਖੋਈ ਤੇ ਨੈ ਪਿੰਡ ਤਰਪਾਈ ਜਿੰਨ ਬਿੰਦ ਖੋਈ ਤੇ ਨੈ ਕਾਲ ਸੰਤਾਈ ਹੁਣ ਕਹਿੰਦੇ ਕਿ ਜਿਸਨੇ ਬਿੰਦ ਖੋਦਤੀ ਹੈ ਉਹਨੇ ਆਪਦੇ ਸਰੀਰ ਨੂੰ ਵੀ ਖੀਣ ਕਰ ਲਿਆ ਉਹਨੇ ਆਪਦੀ ਥਿਰਤਾ ਵੀ ਗਵਾ ਲਈ ਹੈ ਜਿੰਨ ਬਿੰਦ ਖੋਈ ਤੇ ਨੈ ਸਭ ਕੁਛ ਗਵਾਇਆ ਇਹ ਨਵੇਂ ਕੋਈ ਤਨ ਮਾ ਦੁਖ ਪਾਇਆ ਗੁਰੂ ਨਾਨਕ ਸਾਹਿਬ ਕਹਿੰਦੇ ਆ ਜੀਨੇ ਬਿੰਦ ਖੋ ਦਿੱਤੀ ਉਹਨੇ ਸਾਰਾ ਕੁਛ ਹੀ ਖੋ ਦਿੱਤਾ ਕਿਉਂਕਿ ਇਨਸਾਨ ਦੇ ਜਾਮੇ ਤੋਂ ਉਹਨੇ ਫਾਇਦਾ ਨਾ ਉਠਾਇਆ ਔਰ ਜਿਸਨੇ ਬਿੰਦ ਖੋ ਦਿੱਤੀ ਉਹਨੇ ਮਹਾ ਦੁਖ ਕੀ ਕਸ਼ਟਾਂ ਤੋਂ ਕਸ਼ਟ ਪਾਇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹੈ ਹੇ ਕਾਮ ਨਰਕ ਬਸਰਾਮ ਬਹੁ ਜੋਨੀ ਪਰਮਾਮਣਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹੈ ਨਿੰਮਖ ਸਵਾਦ ਕਾਰਨ ਕੋਟ ਦਿਨ ਦੁਖ ਪਾਵੈ ਕੜੀ ਮੁਹਤ ਰੰਗ ਮਾਣੇ ਰਲੀਆਂ ਬਹੁਰ ਬਹੁਰ ਪਛਤਾਵੈ ਜਿੰਬਿੰਦ ਖੋਈ ਤਿਸ ਕੋ ਖਰੀ ਭਾਰੀ ਜੇ ਨਵੇਂਦ ਖੋਈ ਤਿਸ ਜਮ ਕਰੇ ਖੋਆਰੀ ਕਹਿੰਦੇ ਜਿਸਨੇ ਬਿੰਦ ਖੋਲੀ ਉਹਨੂੰ ਆਖਰ ਵੇਲੇ ਪਛਤਾਉਣਾ ਪੈਗਾ ਬੜੀ ਬੜਾ ਕਸ਼ਟ ਉਠਾਵੇਗਾ ਔਰ ਉਸਨੂੰ ਜੰਮ ਵੀ ਖਵਾਰ ਕਰੇਗਾ ਜਿੰਨ ਬਿੰਦ ਖੋਈ ਤੇ ਸੇ ਅੰਤ ਦੁਖ ਹੋਸੀ ਨਾਨਕ ਜਿੰਨ ਬਿੰਦ ਖੋਈ ਸੋ ਅੰਤ ਕਰੋਸੀ ਗੁਰੂ ਨਾਨਕ ਸਾਹਿਬ ਕਹਿੰਦੇ ਆ ਕਿ ਜਿਸ ਨੇ ਬਿੰਦ ਖੋਈ ਹੈ ਅੰਤ ਨੂੰ ਉਹ ਦੁਖੀ ਹੋਏਗਾ ਔਰ ਮੱਥੇ ਨੂੰ ਫੜ ਕੇ ਅੰਤ ਵੇਲੇ ਉਹ ਰੋਵੇਗਾ ਕਿ ਓਹੋ ਮੈਂ ਤਾਂ ਆਪਣਾ ਜੀਵਨ ਐਨੇ ਖਤਮ ਕਰ ਦਿੱਤਾ ਮੈਂ ਇਹ ਗੱਲ ਕੋਈ ਕਿਰਨਾ ਨਾ ਨਹੀਂ ਕਹਿੰਦਾ ਪਿਆਰ ਨਾ ਕਹਿਣਾ ਹੈ ਬੜੇ ਪਤਾ ਜਦ ਆਏਗਾ ਦੇਖ ਹੀ ਜਾਏਗਾ ਮੈਂ ਕਿ ਨੌਜਵਾਨ ਦੇਖਦਾ ਹੈ ਕਿ ਕਿਸ ਤਰ੍ਹਾਂ ਵਿਚਾਰੇ ਰੋਂਦੇ ਫਿਰਦੇ ਜਿੰਬਿੰਦ ਖੋਈ ਸੋਈ ਜਨਮ ਫੇਰ ਆਵੀ ਜਿੰਬਿੰਦ ਖੋਈ ਸਦਾ ਦੁੱਖ ਪਾਵੇ ਹੁਣ ਕਹਿੰਦੇ ਜਿਹੜਾ ਇਸ ਰਤਨਬਿੰਦ ਨੂੰ ਖੋਂਦਾ ਹੈ ਉਹ ਜੰਮਣ ਮਰਨ ਦੇ ਵਿੱਚ ਆਉਂਦਾ ਹੈ ਔਰ ਸਦਾ ਹੀ ਉਹ ਦੁੱਖ ਪਾਉਂਦਾ ਹੈ ਜੇ ਨਵੇਂ ਦੇ ਕੋਈ ਤੇ ਸੇ ਨਰਕ ਪਰਵਾਧਾ ਜਿੰਬਿੰਦ ਖੋਈ ਤਿੰਨ ਮਾਂ ਦੁੱਖ ਲਾਦਾ ਤੂੰ ਕਹਿਣ ਲੱਗੇ ਮਰ ਕੇ ਤਾਂ ਜਦ ਨਰਕ ਦੇਖੇਗਾ ਦੇਖੇਗਾ ਇਹ ਜਿੰਦੇ ਜੀ ਵਿਚਾਰਾ ਨਰਕ ਦੇ ਵਿੱਚ ਹੁੰਦਾ ਹੈ ਤੜਕੇ ਵਿਚਾਰਾ ਪਹਿਲਾਂ ਸਭ ਤੋਂ ਪਰਮਾਤਮਾ ਦਾ ਨਾਮ ਲੈਣ ਤੋਂ ਪਹਿਲਾਂ ਵਿਚਾਰਾ ਕੱਪੜੇ ਧੋਣ ਜਾਂਦਾ ਹੈ ਲਿਬੜੇ ਪਏ ਹੁੰਦੇ ਆ ਇਹ ਹਾਲਤ ਹੁੰਦੀ ਹੈ ਬਿੰਦ ਜਿਹੜੇ ਨਹੀਂ ਰੱਖਦੇ ਜਿੰਬਿੰਦ ਖੋਈ ਸੋ ਨਾਰਬ ਮੇਂ ਗਲੇ ਜਿਨੇ ਬਿੰਦ ਖੋਈ ਸੋ ਅਗਨ ਜਿਉ ਜਲੇ ਹੁਣ ਕਹਿੰਦੇ ਜਿਨੇ ਬਿੰਦ ਖੋਲੀ ਉਹ ਗਰਭ ਦੇ ਵਿੱਚ ਗਲਦਾ ਹੈ ਜਿਨੇ ਬਿੰਦ ਖੋਹ ਦਿੱਤੀ ਹੈ ਉਹਦੇ ਅੰਦਰ ਸਾਰਾ ਦਿਨ ਕੰਮ ਹੋਰ ਅਗ ਮਚਾਈ ਰੱਖਦਾ ਹੈ ਕਿਉਂਕਿ ਕੰਮ ਪੋ ਕੇ ਸ਼ਾਂਤੀ ਨਹੀਂ ਹੁੰਦੀ ਜਿੰਨਾ ਤੁਸੀਂ ਭੋਗੋਗੇ ਉਨੀ ਤੁਹਾਡੇ ਅੰਦਰ ਜਾਦੇ ਅਗ ਮੱਚੇਗੀ ਅਗ ਦੇ ਉੱਤੇ ਜਿਤਨੀਆਂ ਲੱਕੜੀਆਂ ਜਿਆਦੇ ਪਾਓਗੇ ਉਤਨੇ ਹੀ ਜਿਆਦੇ ਭਾਂਬੜ ਕੱਡੇਗੀ ਬਿੰਦ ਖੋਈ ਦਾ ਇਹੀ ਵਿਚਾਰ ਨਾਨਕ ਬਿੰਦ ਖੋਈ ਫਿਰ ਫਿਰ ਉਤਾਰ ਹੁਣ ਗੁਰੂ ਨਾਨਕ ਸਾਹਿਬ ਕਹਿੰਦੇ ਆ ਬਈ ਬਿੰਦ ਖੋਈ ਦਾ ਇਹੀ ਵਿਚਾਰ ਹੈ ਇਹੀ ਸਾਡਾ ਖਿਆਲ ਹੈ ਜੋ ਕੁਛ ਅਸੀਂ ਕਹਿ ਰਹੇ ਆ ਉਹ ਫਿਰ ਫਿਰ ਕੇ ਜੁਨੀਆਂ ਦੇ ਵਿੱਚ ਆਉਂਦਾ ਹੈ ਜਿੰਬਿੰਦ ਨਹੀਂ ਸਾਦੀ ਪਰਤ ਗਿਆ ਜੋ ਏ ਜਿੰਬਿੰਦ ਨਹੀਂ ਸਾਦੀ ਸੇ ਅੰਤ ਬਹਿਰੋਵੇ ਹੁਣ ਕਹਿੰਦੇ ਜਿਹਨੇ ਬਿੰਦ ਦੀ ਕਦਰ ਨਹੀਂ ਕੀਤੀ ਰੱਖੀ ਨਹੀਂ ਪਰਾਇਆਂ ਔਰਤਾਂ ਦੇ ਮਗਰ ਤੁਰਿਆ ਫਿਰਦਾ ਹੈ ਉਹ ਅੰਤ ਨੂੰ ਬੈਠ ਕੇ ਰੋਵੇਗਾ ਕਿ ਮੈਂ ਆਪਣਾ ਵਕਤ ਕਿਉਂ ਖਰਾਬ ਕਰ ਲਿਆ ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀ ਆਮ ਤੌਰ ਦੇ ਉਤੇ ਸੰਸੰਗਾਂ ਦੇ ਅੰਦਰ ਜੋ ਲੋਕ ਜੋ ਔਰਤਾਂ ਪਰਾਏ ਮਰਦਾਂ ਨਾਲ ਜਾ ਕੇ ਉਹ ਬਿਲਾਸ ਕਰਦੀਆਂ ਜਾਂ ਪ੍ਰਾਏ ਮਰਦ ਜਿਹੜੇ ਪ੍ਰਾਆਂ ਆਵਰਤਾਨਾ ਕਰਦੇ ਆ ਉਹਨਾਂ ਨੂੰ ਤੱਤਿਆਂ ਥੰਮਿਆ ਦੇ ਨਾਲ ਲਾਉਣਗੇ ਔਰ ਫਿਰ ਹਟਾ ਦੇਣਗੇ ਫਿਰ ਲਾਉਣਗੇ ਜਿਨ ਬਿੰਦ ਨਹੀਂ ਸਾਦੀ ਸੀ ਤਰਮਨਾ ਤਾਵੇ ਜਿਨ ਬਿੰਦ ਨਹੀਂ ਸਾਦੀ ਸੀ ਅੰਤ ਬਜਦਾਵੇ ਹੁਣ ਕਹਿੰਦੇ ਆ ਜਿਹੜਾ ਬੰਦ ਨਹੀਂ ਰੱਖਦਾ ਗਾਇ ਰਤਨ ਨੂੰ ਰੱਖਦਾ ਉਹ ਆਪਦੇ ਧਰਮ ਦੇ ਵਿੱਚ ਵੀ ਪੂਰਾ ਨਹੀਂ ਉਤਰਦਾਗਾ ਔਰ ਆਖਰ ਵੇਲੇ ਉਹਨੂੰ ਪਸਤਾਉਣਾ ਪਏਗਾ ਜਿਨ ਬਿੰਦ ਨਹੀਂ ਸਾਦੀ ਸੇਸਵਾਨ ਜਿਉਂ ਝੂਠੇ ਜਿਨ ਬਿੰਦ ਨਹੀਂ ਸਾਦੀ ਸੇ ਪਾਵਕ ਮੰਜਲੂਠੇ ਜਿਨ ਬਿੰਦ ਨਹੀਂ ਸਾਦੀ ਸੇ ਫੇਰੇ ਮੂਹ ਕਾਲੇ ਬਿੰਦ ਕੈਸਾ ਜੀ ਨਰਕ ਮਹੰਕਾਲੇ ਬਿੰਦ ਕੈਸਾ ਹੋਏ ਰਹਾ دیਵਾਨਾ ਨਾਲੇ ਕ ਬਿੰਦ ਖੋਏ ਕੀ ਹਉ ਪਛਤਾਨਾ ਬਿੰਦ ਚੀਨੇ ਕਾ ਕੈਸਾ ਸਵਾਦ ਬਿੰਦ ਚੀਨੇ ਪੇ ਘੇ ਬਿਸਮਾਦ ਬਿੰਦ ਚੀਨੇ ਕੇ ਲਖਣੇ ਕੋਨੇ ਬਿੰਦ ਚੀਨੇ ਸੁ ਜ ਸਭ ਪੋਨ ਹੁਣ ਕਹਿੰਦੇ ਆ ਕਿ ਜਿਸ ਨੇ ਬਿੰਦ ਰਖ ਲਈ ਹੈ ਉਸ ਨੂੰ ਸਭ ਕੁਝ ਹੀ ਸੁਝਦਾ ਹੈ ਔਰ ਉਹ ਹਮੇਸ਼ਾ ਹੀ ਆਪਦੇ ਦਿਲ ਦੇ ਵਿੱਚ ਖੁਸ਼ ਰਹਿੰਦਾ ਹੈ ਕਿ ਆ ਮਾਲਕ ਉਸ ਵਾਸਤੇ ਗੁਹਾ ਖੋਲਦਾ ਹੈ ਬਿੰਦ ਚੀਨੇ ਕਾ ਕੀ ਪਰਕਾਰ ਬਿੰਦ ਚੀਨੇ ਤਰੇ ਸੰਸਾਰ ਗੁਰੂ ਨਾਨਕ ਸਾਹਿਬ ਕਹਿੰਦੇ ਆ ਅਸੀਂ ਬਿੰਦ ਜਿਹੜੇ ਰੱਖਦੇ ਹੈ ਉਹਨਾਂ ਦੀ ਕੀ ਮਹਿਮਾ ਕਰ ਸਕਦੇ ਆ ਉਹ ਚਾਹਣ ਤੇ ਸਾਰੇ ਸੰਸਾਰ ਨੂੰ ਤਾਰ ਸਕਦੇ ਆ ਬਿੰਦ ਚੀਨੇ ਤੇ ਸਭ ਆਮਨ ਬਿੰਦ ਚੀਨੇ ਸੁ ਰਹੇ ਨਿਰਵਾਨ ਬਿੰਦ ਚੀਨੇ ਤੇ ਸਭ ਮੇਤ ਆਵੇ ਬਿੰਦ ਚੀਨੇ ਤਿਸ ਰਤਨ ਪਰ ਗਟਾਵੇ ਰਤਨ ਹੀ ਰਾਖਿਆ ਬਿੰਦ ਕੈ ਸਾਥ ਨਾਨਕ ਜਿਨ ਬਿੰਦ ਚੀਨੇ ਤਿਸ ਚੜਿਆ ਸਾਥ ਬਿੰਦ ਕੀ ਮਿਤ ਸੋਨੋ ਰੇ ਭਾਈ ਇਹ ਨਵੇਂ ਦੇ ਚੀਨਿਆ ਤੇ ਨ ਰਤਨ ਮੈ ਤਪਾਈ ਬੇਂਦ ਕੀ ਜੋਤ ਮਾਥੇ ਮਹੀਂ ਆਵੀ ਮਾਥੇ ਮਹੀਂ ਚਮਕਿ ਆਗਮ ਦੇਖਾ ਬਿੰਦ ਦੀ ਜੋਤ ਮਾਥੇ ਮਹੀਂ ਆਵੀ ਮਾਥੇ ਮਹੀਂ ਚਮਕ ਐਗਮ ਦਿਖਾਵੇ ਹੁਣ ਆਪ ਕਹਿੰਦੇ ਆ ਕਿ ਜਿਨ੍ਹਾਂ ਜਿਹੜੇ ਇਸ ਬਿੰਦ ਨੂੰ ਰੱਖ ਲੈਂਦੇ ਹੈ ਉਹਨਾਂ ਦੇ ਅੰਦਰ ਧੀਰਜ ਕਮਾਲ ਦਾ ਹੁੰਦਾ ਹੈ ਉਹ ਨਿਰਭਉ ਹੋ ਜਾਂਦੇ ਆ ਉਹ ਦੁਨੀਆ ਤੋਂ ਨਹੀਂ ਡਰਦੇਗੇ ਲੱਖਾਂ ਦੇ ਸਾਹਮਣੇ ਇਕੱਲਾ ਆਦਮੀ ਹੋ ਜਾਂਦਾ ਹੈ ਕਿਉਂਕਿ ਸੱਚੇ ਆਦਮੀ ਨੂੰ ਕਿਸਦਾ ਡਰ ਹੁੰਦਾ ਹੈ ਤੋਂ ਮੈਂ ਇਹ ਪਿਆਰ ਨਾਲ ਗੱਲ ਦੱਸਦਾ ਹਾਂ ਸਾਡੇ ਪਾਠੀ ਜੀ ਤੁਹਾਡੇ ਕੋਲੇ ਬੈਠੇ ਐ ਇਹਨਾਂ ਦਾ ਬੜਾ ਅੱਛਾ ਜੀਵਨ ਗੁਜ਼ਰਿਆ ਸੀਗਾ ਲੇਕਿਨ ਕੋਈ ਕਿਸੇ ਬੁਰੇ ਪਾਸੇ ਨਹੀਂ ਜਾਂਦੇ ਸੀ ਘਰ ਵਾਲੀ ਸੀਗੀ ਇਹਨਾਂ ਨੂੰ ਇਸ ਚੀਜ਼ ਦਾ ਪਤਾ ਨਹੀਂ ਸੀਗਾ ਇਹਨਾਂ ਦਾ ਕੀ ਕੰਮ ਹੁੰਦਾ ਸੀਗਾ ਜਦ ਕਾਮ ਦੇ ਵਸ ਪਏ ਸਾਰਾ ਦਿਨ ਬਿਮਾਰ ਰਹਿਣਾ ਘਰ ਦੇ ਜਿਹੜੇ ਹੁੰਦੇ ਸੀ ਸਾਰੇ ਇਹਨਾਂ ਨੇ ਲਾਏ ਹੁੰਦੇ ਸੀਗੇ ਕੋਈ ਉੱਤੇ ਚੜਿਆ ਰਹਿੰਦਾ ਕੋਈ ਮਾਲਸ ਕਰੀ ਜਾਂਦਾ ਅੱਜ ਤੋਂ 20 ਸਾਲ ਪਹਿਲਾਂ ਜਦ ਮੇਰਾ ਇਹਦੇ ਨਾਲ ਮਲਾਪ ਹੋਇਆ ਇਹ ਸਾਰਾ ਦਿਨ ਵਿਚਾਰਾ ਇਸੇ ਤਰ੍ਹਾਂ ਹੀ ਕਰਦਾ ਰਹਿੰਦਾ ਸੀਗਾ ਕੰਮ ਕੋਈ ਕਰਦਾ ਨਹੀਂ ਹੁੰਦਾ ਸੀ ਮੈਂ ਇਹਨੂੰ ਪਿਆਰ ਨਾਲ ਪੁੱਛਿਆ ਮੈਂ ਕਿਹਾ ਮੈਂ ਤੇਨੂੰ ਕੋਈ ਦਵਾਈ ਦੱਸਾਂ ਇਹ ਕਹਿਣ ਲੱਗਾ ਹਾਂ ਮੈਂ ਕਿਹਾ ਬਸ ਇੰਨਾ ਕੀ ਹੈ ਉਸ ਤੋਂ ਬਾਅਦ ਇਹਨੇ ਆਪਦਾ ਜੀਵਨ ਪਵਿੱਤਰ ਕੀਤਾ ਹਲਵੀ ਵਾਹੁੰਦਾ ਹੈ ਸਾਰਾ ਕੰਮ ਕਰਦਾ ਹੈ ਸਿਹਤ ਵੀ ਅੱਛੀ ਹੈ ਉਸ ਤੋਂ ਬਾਅਦ ਕਦੇ ਡਾਕਟਰ ਦਾ ਮੂੰਹ ਨਹੀਂ ਬੈਠਾ ਕਦੇ ਦੇਖਿਆ ਤੁਸੀਂ ਪੁੱਛ ਸਕਦੇ ਆ ਤੁਹਾਡੇ ਕੋਲੇ ਬੈਠਾ ਹੈ ਵੀ ਕੋਈ ਦਵਾਈ ਖਵਾਈ ਸੀ ਨੇ ਸਿਰਫ ਆਹ ਹੀ ਸੀ ਆਪਦਾ ਜੀਵਨ ਪਹਿਲਾਂ ਵੀ ਪਵਿੱਤਰ ਸੀ ਲੇਕਿਨ ਪਤਾ ਨਹੀਂ ਸੀਗਾ ਵੀ ਘਰ ਵਾਲੀ ਨਾਲ ਵੀ ਸੰਜਮ ਰੱਖੀਦਾ ਹੁੰਦਾ ਹੈ ਸੋ ਇਸ ਵਾਸਤੇ ਸਾਨੂੰ ਪਤਾ ਨਹੀਂ ਇਸ ਚੀਜ਼ ਦਾ ਜਦ ਪਤਾ ਹੁੰਦਾ ਹੈ ਮੈਂ ਇਹ ਗੱਲਾਂ ਜੋ ਕੁਝ ਵੀ ਤੁਹਾਨੂੰ ਗੁਰੂ ਨਾਨਕ ਸਾਹਿਬ ਦਾ ਸ਼ਬਦ ਦੱਸਿਆ ਹੈ ਨਾ ਤਾਂ ਕੋਈ ਗੁਰੂ ਨਾਨਕ ਸਾਹਿਬ ਨੇ ਸਾਨੂੰ ਡਰਾਉਣ ਵਾਸਤੇ ਗੱਲਾਂ ਲਿਖੀਆਂ ਹੈ ਨਾ ਮੈਂ ਤੁਹਾਨੂੰ ਹੀ ਕੋਈ ਪੈਪੀਤ ਕਰਨ ਵਾਸਤੇ ਕੁਝ ਸਮਝਾਇਆ ਹੈ ਜੋ ਕੁਝ ਗੁਰੂ ਨਾਨਕ ਸਾਹਿਬ ਨੇ ਸਾਡੇ ਉਤੇ ਹਮਦਰਦੀ ਕਰਕੇ ਸਾਨੂੰ ਦੱਸਿਆ ਉਹੀ ਕੁਝ ਮੈਂ ਤੁਹਾਨੂੰ ਹਮਦਰਦੀ ਦੇ ਨਾਲ ਦੱਸਿਆ ਹੈ ਤੁਹਾਡਾ ਫਰਜ਼ ਬਣਦਾ ਆਪਣੇ ਜੀਵਨ ਨੂੰ ਉੱਚਾ ਔਰ ਸੁਚਾ ਕਰੋ ਮੈਂ ਇੱਕ ਨਹੀਂ ਹਜ਼ਾਰਾਂ ਨੇ ਕਈ ਹਜ਼ਾਰ ਆਦਮੀ ਦਾ ਜੀਵਨ ਦੇਖਿਆ ਹੈ ਜਦੋਂ ਉਹਨਾਂ ਨੂੰ ਐਸੀ ਗੱਲ ਦੱਸੀ ਦੀ ਹੈ ਜਦੋਂ ਉਹ ਉਸ ਤੋਂ ਬਾਅਦ ਪ੍ਰੇਜ ਕਰਦੇ ਹੋ ਆਪਣਾ ਜੀਵਨ ਬਣਾ ਲੈਂਦੇ ਆ ਫਿਰ ਉਹ ਆ ਕੇ ਜੈਜਾ ਕਰ ਕਰਦੇ ਆ ਕਹਿੰਦੇ ਆ ਬਾਬਾ ਜੀ ਅਸੀਂ ਤਾਂ ਹੁਣ ਤੱਕ ਭੁੱਲੇ ਰਹੇ ਅਸੀਂ 50 ਸਾਲ ਐਵੇਂ ਗਾਲ ਲੇ ਕੋਈ ਕਹਿੰਦਾ 60 ਗਾਲ ਲੇ ਕੋਈ ਕਹਿੰਦਾ ਵੀ ਗਾਲ ਲੇ ਸੋ ਇਸ ਵਾਸਤੇ ਮੈਂ ਤੁਹਾਨੂੰ ਜੋ ਕੁਝ ਦੱਸਿਆ ਹਮਦਰਦੀ ਕਰਕੇ ਦੱਸਿਆ ਹੈ ਮੇਰਾ ਆਪਣਾ ਜੀਵਨ ਤਜਰਬੇ ਤੋਂ ਗੁਜ਼ਰਿਆ ਹੈ ਔਰ ਮੈਂ ਤੁਹਾਨੂੰ ਆਪਣਾ ਜੀਵਨ ਦੇ ਮਤਲਕ ਹੀ ਦੱਸਿਆ ਹੈ ਤੁਸੀਂ ਵੀ ਰੱਖ ਕੇ ਦੇਖ ਲਓ ਮੈਂ ਤਾਂ ਇਹ ਕਹਿਆ ਸੀ ਤੁਸੀਂ 5-4 ਮਹੀਨੇ ਰੱਖ ਕੇ ਦੇਖ ਲਓ ਅਗਰ ਤੁਹਾਨੂੰ ਫਾਇਦਾ ਹੋਇਆ ਤਾਂ ਗਾਹਾਂ ਬਤਾ ਲਿਓ ਅੱਛਾ